ਤੇ ਪਰਮਜੀਤ ਫਰੀਦਕੋਟ ਖੇਡਦੇ ਸੀ ਤੁਸੀਂ? ਹਾਂਜੀ ਸਰ, ਫਰੀਦਕੋਟ ਖੇਡਦਾ ਸੀਗਾ ਮੈਂ, ਗੌਰਮੈਂਟ ਬਜਿੰਦਰ ਕਾਲਜ ਤੋਂ ਸਟਾਰਟ ਕੀਤਾ ਸੀ ਮੈਂ। ਫਿਰ NIA ਆ ਗਏ? ਹਾਂਜੀ, NIA ਹਾਕੀ ਕੋਚ ਬਜਿੰਦਰ ਸਿੰਘ ਤੋਂ ਮੈਂ ਟ੍ਰੇਨਿੰਗ ਲਿੱਤੀ, ਤੇ ਉਸ ਟ੍ਰੇਨਿੰਗ ਦੇ ਸਿਰ ਤੇ ਮੇਰੀ ਸਿਲੈਕਸ਼ਨ ਹੋ ਗਈ ਸਪੋਰਟਸ ਅਥਾਰਟੀ ਆਫ ਇੰਡੀਆ ਪਟਿਆਲੇ ਜੀ। ਫਿਰ ਉੱਥੇ ਰਹਿ ਕੇ ਮੈਂ 4-5 ਸਾਲ ਕੰਟੀਨਿਊ ਹਾਕੀ ਖੇਡੀ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਜੀ। ਫਿਰ ਮੈਨੂੰ ਪ੍ਰਮੋਟ ਕਰ ਦਿੱਤਾ ਗਿਆ ਸੈਂਟਰ ਆਫ ਐਕਸੀਲੈਂਸ ਜੀ। ਅੱਛਾ, ਸਾਰੀਆਂ ਨੈਸ਼ਨਲ ਪਾਰਟੀਸਪੇਟ ਇੰਡੀਆ ਰਿਪ੍ਰਜੈਂਟ ਮੈਂ ਪਟਿਆਲੇ ਸੈਂਟਰ ਆਫ ਐਕਸੀਲੈਂਸ ਰਹਿ ਕੇ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਉੱਥੇ ਰਹਿ ਕੇ ਮੈਂ ਖੇਡਿਆ ਜੀ। ਡਿਫੈਂਡਰ ਖੇਡਦਾ? ਹਾਂਜੀ, ਡਿਫੈਂਸ ਲਾਈਨ 'ਚ ਮੈਂ ਖੇਡਦਾ ਸੀਗਾ, ਫੁੱਲ ਬੈਕ ਪੋਜੀਸ਼ਨ 'ਤੇ ਖੇਡਦਾ ਸੀਗਾ ਜੀ। ਬਸ ਥੋੜ੍ਹੀ ਇੰਜਰੀ ਕਾਰਨ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਬੈਡ ਰੈਸਟ ਪੈ ਗਈ, ਤਾਂ ਉਹ ਟਾਈਮ ਮੇਰੇ ਤੋਂ ਕਵਰ ਨਹੀਂ ਹੋਇਆ ਜੀ। ਓਕੇ, ਹਾਂਜੀ ਸਰ। ਬਾਕੀ ਤੁਹਾਡੇ ਮੈਚਮੇਟ ਨੇ ਸਾਰੇ ਜਿਹੜੇ ਇਸ ਵਕਤ ਇੰਡੀਆ ਟੀਮ 'ਚ ਖੇਡ ਰਹੇ? ਹਾਂਜੀ ਹਾਂਜੀ, ਇਕੱਲੇ ਇਕੱਲੇ ਬੰਦੇ ਦੀ ਇੰਟਰਵਿਊ ਤੁਸੀਂ ਕਰਕੇ ਪੁੱਛ ਸਕਦੇ ਹੋ ਮੇਰੇ ਬਾਰੇ, ਮੇਰਾ ਸਾਰਾ ਕੁਝ ਤੁਹਾਡੇ ਅੱਗੇ। ਮਨਪ੍ਰੀਤ ਹੋਰੀ? ਹਾਂਜੀ ਹਾਂਜੀ, ਤੁਹਾਡੇ ਅੱਗੇ ਸਾਰਾ ਕੁਝ ਰੱਖ ਦੇਣਗੇ ਖੋਲ ਕੇ। ਮਨਪ੍ਰੀਤ ਹੋਰੀ? ਹਾਂਜੀ ਹਾਂਜੀ, ਸਾਰੇ ਮੁੰਡੇ ਮੈਨੂੰ ਜਾਣਦੇ ਜੀ। ਬਾਕੀ ਆਲ ਇੰਡੀਆ ਜਿੰਨੇ ਡਿਪਾਰਟਮੈਂਟ ਹਰ ਡਿਪਾਰਟਮੈਂਟ ਦੇ ਵਿੱਚ ਆਪਣੇ ਮੁੰਡੇ ਬੈਠੇ ਆ ਜੀ, ਸਾਰੇ ਜਾਣਦੇ ਬਾਈ ਫੇਸ ਬਾਈ ਨੇਮ ਤੋਂ। ਬਸ ਮੇਰਾ ਬੈਡ ਲੱਕ ਕਹਿ ਲਓ ਜੀ, ਮੇਰਾ ਟਾਈਮ ਖਰਾਬ ਕਹਿ ਲਓ ਜੀ, ਤੁਹਾਨੂੰ ਮੈਂ ਦੱਸ ਦਿੱਤੀ ਰਿਐਲਿਟੀ ਕੀ ਹੈ ਜੀ ਕਿ ਮੇਰੇ 7 ਵਜੇ ਕਾਰਨ ਨਹੀਂ ਮੈਂ ਇੰਨਾ ਡਾਊਨ ਚੱਲ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਹੁਣ ਅੱਜ ਕੱਲ੍ਹ ਫਿਰ ਕੀ ਕਰਦੇ? ਅੱਜ ਕੱਲ੍ਹ ਸਰ ਮੈਂ ਮੰਡੀ ਦੇ ਵਿੱਚ ਪੱਲੇਦਾਰੀ ਕਰਦਾ ਜੀ, ਅਤੇ ਆਹ ਸੋਚ ਕੇ ਮੈਂ ਕਰਦਾ ਜੀ ਕਿ ਮੈਂ ਮਤਲਬ ਕਿ ਤੁਹਾਨੂੰ ਪਤਾ ਸਪੋਰਟਸ ਮੈਂ ਬੰਦਾ ਜੀ, ਇੱਕ ਵੈਸੇ ਕੁਰਸੀ 'ਤੇ ਬਹਿਣ ਵਾਲਾ ਕੰਮ ਵੀ ਮੈਂ ਕਰ ਸਕਦਾ ਸੀਗਾ, ਪਰ ਹਾਰਡ ਵਰਕ ਕਰਨ ਦੀ ਆਦਤ ਪਈ ਹੋਈ ਹੈ ਜੀ। ਅੱਛਾ, ਹਾਂਜੀ, ਕੁਛ ਤਾਂ ਮੈਂ ਤਾਂ ਆਹ ਕੰਮ ਕਰ ਰਿਹਾ ਜੀ, ਅਤੇ ਬਾਕੀ ਮੇਰਾ ਇੱਕ ਛੋਟਾ ਜਿਹਾ ਬੱਚਾ ਜੀ, ਆਹ ਕੰਮ ਕਰਕੇ ਮੈਂ ਉਹਨੂੰ ਇੰਡੀਆ ਵਾਸਤੇ ਨਹੀਂ ਤਿਆਰ ਕਰ ਸਕਦਾ ਜੀ, ਪੱਲੇਦਾਰੀ ਕਰਕੇ ਜੀ ਉਹਨੂੰ। ਹੁਣ ਤੁਹਾਨੂੰ ਪਤਾ ਹੀ, ਇੱਕ ਨੋਰਮਲ ਬੰਦੇ ਦੀ ਨਹੀਂ, ਪਹਿਲਾਂ ਕਿਸੇ ਸਰਕਾਰ ਨੇ ਕੋਈ ਨਹੀਂ ਸੁਣੀ? ਨਹੀਂ ਸਰ, ਮੈਨੂੰ ਕੋਈ ਰਿਸਪੋਂਸ ਨਹੀਂ ਮਿਲਿਆ ਕਿਸੇ ਪਾਸੋਂ ਜੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਜੋ ਮਾੜਾ ਟਾਈਮ ਸੀ ਸਮਝ ਲਾ, ਲੰਘ ਗਿਆ। ਤੈਨੂੰ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਹਾਇਰ ਕਰਦੇ ਹਾਂ, ਤੈਨੂੰ ਨੋਟੀਫਿਕੇਸ਼ਨ ਕਾਗਜ਼ ਵਗੈਰਾ ਪੂਰੇ ਕਰਦੇ ਹਾਂ, ਕੋਚਿੰਗ ਦੇ ਤੌਰ 'ਤੇ, ਅਤੇ ਤੈਨੂੰ ਸੇਵਾਵਾਂ ਦੇਵਾਂਗੇ, ਅਤੇ ਜਿੰਨੇ ਵੱਧ ਤੋਂ ਵੱਧ ਬੱਚੇ ਹਾਕੀ ਵਾਸਤੇ ਤਿਆਰ ਕਰ ਸਕਦੇ ਹੋ। ਹਾਂਜੀ ਹਾਂਜੀ ਸਰ, ਅਤੇ ਤੁਹਾਨੂੰ ਬਕਾਇਦਾ ਮਾਹੌਲ ਮਿਲੂਗਾ ਕੰਮ ਕਰਨ ਦਾ, ਠੀਕ ਹੈ ਸਰ, ਅਤੇ ਤਾਂ ਕਿ ਤੁਸੀਂ, ਤੁਹਾਨੂੰ ਵੀ ਇਹ ਲੱਗੇ ਕਿ ਮੈਂ ਹਾਂ ਜਿਹੜੇ ਕੰਮ ਲਈ ਮੈਂ ਪਰਮਾਤਮਾ ਨੇ ਮੈਨੂੰ ਗੁਣ ਦਿੱਤਾ ਸੀ, ਮੈਂ ਉਸੇ ਕੰਮ ਉਹੀ ਕੰਮ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਠੀਕ ਹੈ। ਅਤੇ ਸਪੋਰਟਸ ਦੇ ਸਾਰੇ ਅਧਿਕਾਰੀਆਂ ਨੂੰ ਮੈਂ ਬੁਲਾ ਲਿਆ, ਅੱਜ ਤੁਹਾਡੇ ਕਾਗਜ਼ ਮੇਰੇ ਕੋਲ ਆ ਗਏ, ਸਰਟੀਫਿਕੇਟਾਂ ਨਾਲ ਹੀ ਭਰਿਆ ਪਿਆ ਸਾਰਾ, ਤਾਂ ਕੋਈ ਵੀ ਇਹੋ ਜਿਹੀ ਲੀਗ ਨਹੀਂ ਹੈਗੀ ਜਿਹੜੀ ਤੂੰ ਛੱਡੀ ਹੋਵੇ। ਹਾਂਜੀ, ਇੰਡੀਆ 'ਚ ਸਰ ਕੋਈ ਇਹੋ ਜਿਹਾ ਟੂਰਨਾਮੈਂਟ ਨਹੀਂ ਗਈ ਜਿਹੜਾ ਮੈਂ ਖੇਡਿਆ ਨਾ ਹੋਵੇ ਜੀ। ਇੰਡੀਆ ਦਾ ਸਭ ਤੋਂ ਪੁਰਾਣਾ ਟੂਰਨਾਮੈਂਟ ਬੈਟਰਨ ਕੱਪ, ਉਹਦੀ ਕਪਤਾਨੀ ਮੈਂ ਕੀਤੀ ਹੈ ਜੀ। ਦਲੀਪ ਟੂਰਨਾਮੈਂਟ ਮੈਂ ਖੇਡਿਆ, ਗੁਰਮੀਤ ਮੈਂ ਖੇਡਿਆ ਜੀ, ਨਹਿਰੂ ਮੈਂ ਖੇਡਿਆ ਜੀ, ਕੋਈ ਇਹੋ ਜਿਹਾ ਟੂਰਨਾਮੈਂਟ ਨਹੀਂ ਜਿਹੜਾ ਆਪਾਂ ਖੇਡੇ ਨਹੀਂ ਗਏ। ਨਹੀਂ ਠੀਕ, ਹਾਂਜੀ, ਹਰ ਟੂਰਨਾਮੈਂਟ 'ਚ ਵਧੀਆ ਪਰਫੋਰਮੈਂਸ ਸੀਗੀ। ਕੋਈ ਨਹੀਂ, ਕੋਈ, ਤੂੰ ਹੁਣ ਬਸ ਤਿਆਰੀ ਕਰ। ਠੀਕ ਹੈ ਸਰ, ਬਹੁਤ ਉਮੀਦ ਸੀ ਸਰ ਤੁਹਾਡੇ ਤੋਂ ਮੈਨੂੰ। ਨਹੀਂ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤਾਂ ਆਪਾਂ ਸਪੋਰਟਸ ਦੇ ਵਿੱਚ ਤਾਂ ਆਪਾਂ ਇੰਡੀਆ ਨੂੰ ਦੁਬਾਰਾ ਨੰਬਰ 1 ਬਣਾਉਣਾ, ਪੰਜਾਬ ਨੂੰ ਨੰਬਰ 1 ਬਣਾਉਣਾ। ਹਾਂਜੀ ਹਾਂਜੀ, ਅਤੇ ਹਾਕੀ ਦੇ ਵਿੱਚ ਤਾਂ ਖਾਸ ਤੌਰ 'ਤੇ ਨਰਸਰੀ ਕਿਹਾ ਜਾਂਦਾ ਹਾਕੀ। ਹਾਂਜੀ ਹਾਂਜੀ, ਹਾਕੀ ਤਾਂ ਸਹੀ ਗੱਲ ਹੈ, ਨਰਸਰੀ ਆਪਣੀ ਪੰਜਾਬ ਦੀ ਨੈਸ਼ਨਲ ਗੇਮ ਆਈ ਵੈਸੇ ਵੀ ਇਹ। ਹਾਂ, ਅਤੇ ਖੇਡਾਂ 'ਚ ਪੰਜਾਬ ਦਾ ਪਹਿਲਾ ਨੰਬਰ ਮੰਨਿਆ ਜਾਂਦਾ ਸੀ। ਹਾਂਜੀ ਹਾਂਜੀ, ਥੋੜ੍ਹਾ ਜਿਹਾ ਵਿੱਚ ਦੀ ਜਿਵੇਂ ਤੇਰਾ ਗੈਪ ਪੈ ਗਿਆ, ਪੰਜਾਬ ਦਾ ਵੀ ਪੈ ਗਿਆ ਸੀ। ਪੈ ਗਿਆ ਸੀ, ਬਿਲਕੁਲ, ਹੁਣ ਉਹ ਵੀ ਠੀਕ ਕਰ ਲਾਂਗੇ। ਹਾਂਜੀ ਹਾਂਜੀ, ਠੀਕ ਹੋਊਗਾ, ਬਿਲਕੁਲ ਠੀਕ ਹੋਊਗਾ ਜੀ। ਤੁਹਾਨੂੰ ਰਿਸਪੈਕਟੇਬਲ ਜੋਬ, ਸਤਿਕਾਰਯੋਗ, ਮਾਣਯੋਗ ਜੋਬ ਮਿਲੂਗੀ ਤੁਹਾਨੂੰ ਉੱਥੇ। ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਕੋਈ ਇਹੋ ਜਿਹੀ ਜੋਬ ਦੇ ਦਈਏ ਜਿਹ 'ਚ ਤੁਹਾਨੂੰ ਫਿਰ ਐਂ ਲੱਗੇ ਯਾਰ ਮੈਂ ਹੈਗਾ, ਤਾਂ ਮੈਂ ਪਲੇਅਰ ਸੀ, ਨੈਸ਼ਨਲ ਖੇਡਿਆ ਸੀ, ਅਤੇ ਤੁਹਾ ਕੇ ਕੰਮ ਹੋ ਜਾਂਦਾ, ਤਾਂ ਕਿ ਤੈਨੂੰ ਮੈਂਟਲੀ ਤੌਰ 'ਤੇ ਤੈਨੂੰ ਕੋਈ ਟੋਰਚਰ ਨਾ ਹੋਵੇ ਆਪਣੇ ਆਪ ਨਾਲ, ਆਪਣੇ ਆਪ ਨਾਲ ਗਿਲਟੀ ਨਾ ਹੋਵੇ ਕਿ ਮੈਂ ਯਾਰ ਬਣਿਆ ਕਿਹੜੇ ਕੰਮ ਵਾਸਤੇ ਸੀ ਅਤੇ ਕਰਾਈ ਕਿਹੜਾ ਕੰਮ ਜਾਂਦੇ। ਕੋਚਿੰਗ ਦੇ ਕੰਮ ਕਰਾਵਾਂਗੇ, ਹਾਕੀ ਦੇ ਵਿੱਚ ਹੀ ਕਰਾਵਾਂਗੇ, ਅਤੇ ਉਹ ਡਿਪਾਰਟਮੈਂਟ ਜਿਹੜੇ ਕਾਗਜ਼ ਤਿਆਰ ਕਰੂਗਾ ਉਹ ਤੋਂ ਬਾਅਦ ਤੁਹਾਨੂੰ ਸਾਰਾ ਬਕਾਇਦਾ ਤੌਰ 'ਤੇ ਤੁਹਾਨੂੰ ਬੁਲਾ ਕੇ ਨਿਯੁਕਤੀ ਪੱਤਰ ਦੇ ਰਹਾਂ। ਮੁਬਾਰਕਾਂ ਬਹੁਤ। ਥੈਂਕ ਯੂ ਸਰ।